ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੁਣ ਰਹੇ ਤੁਸੀਂ ਕੁਲਵਿੰਦਰ ਸਿੰਘ ਦੇ ਨਾਲ ਖਬਰਾਂ ਦੁਪਹਿਰ ਦੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੀ ਇੰਡੀਆ ਦੇ ਵਿੱਚ ਅੰਬੈਸੀ ਜਿਹੜੀਆਂ ਫਾਈਲਾਂ ਸਬਮਿਟ ਹੋਣੀਆਂ ਨੇ ਕਦੋਂ ਹੋਣੀਆਂ ਨੇ ਕਿੱਦਾਂ ਹੋਣੀਆਂ ਇਹਦੇ ਬਾਰੇ ਇੱਕ ਅਪਡੇਟ ਆ ਸਾਡੇ ਨਾਲ ਇੱਕ ਈਮੇਲ ਸ਼ੇਅਰ ਕੀਤੀ ਗਈ ਹੈ ਜੋ ਕਿ ਫਿਲਹਾਲ ਜੀ ਤੁਹਾਨੂੰ ਸ਼ੋ ਨਹੀਂ ਕਰ ਸਕਦੇ ਜਿਹਦੇ ਵਿੱਚ ਸਾਫ਼-ਸਾਫ਼ ਅਖ਼ਰਾਂ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ ਅੰਬੈਸੀ ਆ ਪਬਲਿਕ ਦੇ ਲਈ ਬੰਦ ਹੋ ਗਈ ਐਂਬੈਸੀ ਦੇ ਵਿੱਚ ਜੇਕਰ ਤੁਸੀਂ ਪਬਲਿਕ ਵੇ ਤੇ ਜਾਉਂਗੇ ਤਾਂ ਤੁਹਾਨੂੰ ਉਹਨਾਂ ਨੇ ਸ਼ਾਇਦ ਕੋਈ ਵੀ ਗੱਲਬਾਤ ਨਾ ਕਰਨ ਜੇਕਰ ਕਿਸੇ ਨੇ ਵੀ ਅਪਾਇੰਟਮੈਂਟ ਲੈਣੀ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਅਪਲਾਈ ਕਰਨਾ ਪੇਪਰ ਜਮ੍ਹਾਂ ਕਰਾਣੇ ਤਾਂ ਜਿਹੜੀ vfsitaly.co.in ਜਾਂ ਫਿਰ vfs ਦੇ ਜਿਹੜੇ ਆਫਿਸ ਨੇ ਉਹਨਾਂ ਦੇ ਥਰੂ ਹੀ ਕਰ ਸਕਦੇ ਆ ਡਾਇਰੈਕਟ ਜਿਹੜੇ ਨਹੀਂ ਕਰ ਸਕਦੇ ਦੇ ਇਸ ਟਾਈਮ ਜਿਹੜੇ ਵੀਜ਼ਾ ਐਪਲੀਕੇਸ਼ਨਾਂ ਜਿਹੜੀਆਂ ਐਕਸੈਪਟ ਕੀਤੀਆਂ ਜਾ ਰਹੀਆਂ ਨੇ ਉਹ ਇਹ ਹੈ ਜੀ ਇਟਲੀ ਦੇ ਵਿੱਚ ਜਿਹੜੇ ਕਾਨੂੰਨ ਬਣੇ ਸਗੇ ਉਸ ਹਿਸਾਬ ਦੇ ਨਾਲ 2020 ਤੋਂ ਲੈ ਕੇ ਜਿਹੜੇ ਇਹਨਾਂ ਨੇ ਉਹੀ ਗੱਲ ਹੈ ਕਿ ਤੋੜੇ ਨੇ ਇਹ ਕਰ ਰਿਹਾ ਜੀ ਮੈਡੀਕਲ ਟ੍ਰੀਟਮੈਂਟ ਮੈਡੀਕਲ ਟ੍ਰੀਟਮੈਂਟ ਦੇ ਪੇਪਰ ਐਕਸੈਪਟ ਕੀਤੇ ਜਾ ਰਹੇ ਆ ਡਿਪਲੋਮੈਟਿਕ ਕੀਤੇ ਜਾ ਰਹੇ ਆ ਮਿਸ਼ਨ ਦੇ ਕੀਤੇ ਜਾ ਰਹੇ ਆ ਫੈਮਿਲੀ ਰੀਯੂਨੀਅਨ ਜਿਹੜੇ ਕਿ ਅਸੀਂ ਨੂ ਲਾਓਸ ਦਾ ਫੈਮਿਲੀਅਰ ਵਾਲੇ ਕਹਿੰਦੇ ਉਹ ਕੀਤੇ ਜਾ ਰਹੇ ਆ ਰਿਲੀਜੀਅਸ ਰੀਜ਼ਨ ਵਾਲੇ ਹੁਣ ਉਹ ਕੀਤੇ ਜਾ ਰਹੇ ਆ ਵਰਕ ਵਾਲੇ ਕੀਤੇ ਜਾ ਰਹੇ ਆ ਰੀਐਂਟਰੀ ਰੀ-ਐਂਟਰੀ ਵੀਜ਼ਾ ਜਿਹੜੇ ਕੀਤੇ ਜਾ ਰਹੇ ਆ ਰਿਸਰਚ ਬਾਰੇ ਜਾਂ ਫਿਰ ਸਟੱਡੀ ਵਾਰ ਜਣੀ ਕਹਿੰਦੇ ਦਾ ਮਤਲਬ ਸਾਡੇ ਜਿਹੜੇ ਮੇਨ ਜ਼ਿਆਦਾ ਬੰਦੇ ਨੇ ਉਹ ਆ ਜੀ ਸਟੱਡੀ ਵਾਲੇ ਰੀ-ਐਂਟਰੀ ਵਾਲੇ ਫੈਮਿਲੀ ਰਿਯੂਨੀਅਨ ਜਿਹਨੂੰ ਅਸੀਂ ਨੂਲਾ ਹਾਸਤਾ ਫੈਮਿਲੀ ਯਾਰ ਕਹਿੰਨੇ ਆ ਜਾਂ ਫਿਰ ਵਰਕ ਵਾਲੇ ਇਹ ਜਿਹੜੀ ਐਪਲੀਕੇਸ਼ਨ ਈਮੇਲ ਆਈ ਆ ਜੀ ਜੋ ਕਿ ਫਿਲਹਾਲ ਸ਼ੇਅਰ ਨਹੀਂ ਕਰ ਸਕਦੇ ਇਹਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਸਿਰਫ ਅਤੇ ਸਿਰਫ ਇਨ੍ਹਾਂ ਹੀ ਜਿਹੜੀਆਂ ਐਪਲੀਕੇਸ਼ਨ ਐਕਸੈਪਟ ਕਰ ਰਹੇ ਆ ਦੂਸਰੀ ਗੱਲ ਪਬਲਿਕਲੀ ਡਾਇਰੈਕਟਰ ਨਹੀਂ ਖੁੱਲੇ ਜੀ ਬੀ ਐਫ ਐਸ ਦੇ ਥਰੂ ਹੀ ਇਹ ਜਿਹੜੀਆਂ ਐਪਲੀਕੇਸ਼ਨਾਂ ਕਰ ਸਕਦੇ ਆ ਟਰੈਕ ਆਪਣੇ ਤੁਸੀਂ ਪਰ ਸਕਦੇ ਆ ਦੂਸਰੇ ਨੰਬਰ ਜੇਕਰ ਕਿਸੇ ਵੀ ਬੰਦੇ ਨੇ ਆਪਣੀ ਐਪਲੀਕੇਸ਼ਨ ਦਾ ਸਟੇਟਸ ਦੇਖਣਾ ਹੋਵੇ ਕਿੱਥੇ ਤੱਕ ਪਹੁੰਚ ਗਈ ਹੈ ਮੈਂ ਐਪਲੀਕੇਸ਼ਨ ਲਾਈ ਸੀ ਵੀਜ਼ਾ ਕਿੱਥੇ ਤੱਕ ਹੋਇਆ ਕੋਈ ਗੱਲਬਾਤ ਹੋਈ ਹੈ ਜਾਂ ਨਹੀਂ ਉਹਦੇ ਲਈ ਕੀ ਹੈ ਜੀ ਉਹਦੇ ਲਈ ਤੁਹਾਨੂੰ ਨਾ ਹੀ ਈਮੇਲ ਦੇ ਉੱਤੇ ਨਾ ਹੀ ਆਨਲਾਈਨ ਤੁਹਾਨੂੰ ਕੁਝ ਮਿਲਣਾ ਤੁਸੀਂ ਆਪਣੇ ਬਾਰੇ ਜਿਹੜੀ ਆ ਇਹਦੇ ਬਾਰੇ ਪਤਾ ਕਰ ਸਕਦੇ ਆ ਜੀ ਐਪਲੀਕੇਸ਼ਨ ਤੁਹਾਨੂੰ ਡਾਊਨਲੋਡ ਕਰਨੀ ਪਣੀ ਆਪਣੇ ਐਂਡਰੋਇਡ ਫੋਨ ਦੇ ਵਿੱਚ ਜਾਂ ਫਿਰ ਆਈਫੋਨ ਦੇ ਵਿੱਚ ਤੁਹਾਨੂੰ ਜਿਹੜੀ ਐਪਲੀਕੇਸ਼ਨ ਡਾਊਨਲੋਡ ਕਰਨੀ ਪਣੀ ਉਹਦਾ ਨਾਮ ਹੈ ਜੀ ਗਲੋਬਲ ਐਪ ਗਲੋਬਲ ਐਪ ਨੂੰ ਡਾਊਨਲੋਡ ਕਰੋ ਉਹਦੇ ਵਿੱਚ ਹੀ ਤੁਹਾਨੂੰ ਜਿਹੜੀ ਐਪਲੀਕੇਸ਼ਨ ਬਾਰੇ ਦੱਸਿਆ ਜਾਊਗਾ ਜੀ ਨਹੀਂ ਤਾਂ ਹੋਰ ਤੁਹਾਨੂੰ ਈਮੇਲ ਜਿੰਨੀਆ ਮਰਜ਼ੀਆਂ ਤੁਸੀਂ ਕਰ ਲਓ ਤਾਂ ਤੁਹਾਨੂੰ ਹੋ ਸਕਦਾ ਵੀ ਕਿਸੇ ਵੀ ਈਮੇਲ ਦਾ ਜਵਾਬ ਨਾ ਦਿੱਤਾ ਜਾਵੇ 9 ਮਹੀਨੇ ਦੇ ਪੇਪਰਾਂ ਦੇ ਉੱਤੇ ਚੱਲਦੇ ਆ ਜੀ ਇਟਲੀ ਦੇ ਵਿੱਚ ਹਰ ਸਾਲ 9 ਮਹੀਨੇ ਵਾਲੇ ਪੇਪਰ ਖੁੱਲਦੇ ਨੇ ਐਸ ਸਾਲ ਵੀ ਖੁੱਲਣ ਦੇ ਚਾਂਸ ਪੂਰੇ ਹੋ ਚੁੱਕੇ ਨੇ ਕਿਉਂਕਿ ਕਾਫੀ ਇਟਲੀ ਦੇ ਵਿੱਚ ਜਿਹੜੀਆਂ ਫਸਲਾਂ ਫਸਲਾਂ ਅਸੀਂ ਕਹਿ ਸਕਦੇ ਆ ਕਾਫੀ ਜਿਹੜਾ ਵੀ ਫਲ ਫਰੂਟ ਜਿਹੜੇ ਆ ਹੁਣ ਪੱਕਣ ਵਾਲੇ ਜਿਨ੍ਹਾਂ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ ਤੜਾਈ ਸ਼ੁਰੂ ਹੋਣ ਵਾਲੀ ਆ ਉਹਦੇ ਲਈ ਬੰਦੇ ਬੰਦਿਆਂ ਦੀ ਘਾਟ ਆ ਤੇ ਜੇ ਅਸੀਂ ਗੱਲ ਕਰਦੇ ਆ ਤਰੰਤੀਨੋ ਦੀ ਤਾਂ ਤਰੰਤੀਨੋ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਕਰੀਬਨ 4000 ਸੀਜ਼ਨਲ ਕੰਮ ਕਰਨ ਵਾਲੇ ਬੰਦਿਆਂ ਦੀ ਘਾਟ ਆ ਤੇ ਇਹ ਕਹਿ ਰਹੇ ਨੇ ਜੇਕਰ ਸਰਕਾਰ ਇੱਕ ਹਫਤਾ ਵੀ ਲੇਟ ਹੁੰਦੀ ਆ 10 ਦਿਨ ਵੀ ਲੇਟ ਹੁੰਦੀ ਆ ਤਾਂ ਫੇਰ ਕੀ ਹੋ ਜਾਣਾ ਕਿ ਸਾਡੇ ਕੋਲ ਬੰਦਾ ਨਹੀਂ ਹੋਣਾ ਸਾਡੇ ਅੰਗੂਰ ਤੋੜਨ ਦੇ ਲਈ ਜੇਕਰ ਅੰਗੂਰ ਤੋੜਨ ਦੇ ਲਈ ਜਾਂ ਫਿਰ ਉਹ ਜਿਹੜੀਆਂ ਫਲਾਂ ਦੀਆਂ ਤੜਾਈਆਂ ਹੋਣੀਆਂ ਤਾਂ ਉਹਨਾਂ ਨਾਲ ਬੰਦੇ ਨਾ ਹੋਏ ਤਾਂ ਉਹਦੇ ਨਾਲ ਕੀ ਹੋਊਗਾ ਜੋ ਵੀ ਫਲ ਫਰੂਟ ਹੋਏਗਾ ਉਹ ਜਿਹੜਾ ਇਹਨਾਂ ਦੇ ਦਰਖਤਾਂ ਦੇ ਪੇੜਾਂ ਦੇ ਜਿਹੜੇ ਇੱਥੇ ਵੀ ਹੈ ਬੇਲਾਂ ਤੇ ਹੀ ਸੁੱਕ ਜਾਣਾ ਖਰਾਬ ਹੋ ਜਾਣਾ ਕਿਉਂਕਿ ਜਦੋਂ ਬੰਦੇ ਨਹੀਂ ਹੋਣੇ ਤਾਂ ਫੇਰ ਇਹਨਾਂ ਕਿੱਥੋਂ ਤੋੜੂਗੇ ਇਸ ਕਰਕੇ ਇਹਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਪੂਰੇ ਚਾਂਸ ਆ ਜੀ ਕਿ ਅਗਲੇ ਹਫ਼ਤੇ ਦੇ ਵਿੱਚ ਸ਼ਾਇਦ ਸਰਕਾਰ ਕੁਝ ਸੋਚ ਲਵੇ ਕਿਉਂਕਿ ਜਿਹੜੇ ਬੰਦੇ ਚਾਹੀਦੇ ਆ ਬੰਦੇ ਤਾਂ ਇਹਨਾਂ ਨੂੰ ਚਾਹੀਦੇ ਆ 40 ਦਿਨਾਂ ਦੇ ਵਿੱਚ ਤੇ 40 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਕੋਈ ਨਾ ਕੋਈ ਹਿੱਲਾ ਵਸੀਲਾ ਕਰਨਾ ਪੈਣਾ ਤੇ ਆਉਣ ਵਾਲੇ ਹਫ਼ਤਾ 10 ਦਿਨਾਂ ਦੇ ਵਿੱਚ ਵਿੱਚ ਕੁਝ ਨਾ ਕੁਝ ਸਾਨੂੰ ਹਲਚਲ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਹੋ ਸਕਦਾ ਕਿ ਪੇਪਰ ਖੁੱਲ ਜਾਣ ਹੁਣ ਗੱਲ ਇਹ ਹੈ ਜੀ ਕਿ ਅਸੀਂ ਕਹਿ ਰਹੇ ਹਾਂ ਕਿ ਇੰਡੀਆ ਤੋਂ ਤਾਂ ਬੰਦੇ ਨੂੰ 6 ਮਹੀਨੇ ਲੱਗ ਜਾਂਦੇ ਆ ਇੰਡੀਆ ਤੋਂ ਬੰਦੇ ਨੂੰ 6 ਮਹੀਨੇ ਲੱਗ ਜਾਂਦੇ ਆ ਪਰ ਜਿਹੜੇ ਨਾਲ ਦੇ ਦੇਸ਼ ਆ ਜਦਲਬਨੀਆਂ ਹੋ ਗਿਆ ਜਾਂ ਹੋਰ ਨੇੜੇ ਦੇੜੇ ਦੇ ਜਿਹੜੇ ਦੇਸ਼ ਆ ਉਹਨਾਂ ਤੋਂ ਬੰਦੇ ਕੰਮ ਕਰਨ ਆਉਣ ਦੇ ਲਈ ਉਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਉਹ ਤਾਂ ਹਫ਼ਤੇ ਦਸਾਂ ਦਿਨਾਂ 20 ਦਿਨਾਂ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਉਹਨਾਂ ਦਾ ਜਿਹੜਾ ਫਾਈਲ ਐਪਲੀਕੇਸ਼ਨ ਕੰਪਲੀਟ ਹੋ ਜਾਂਦੀ ਹੈ ਸਾਨੂੰ ਇੰਡੀਆ ਪਾਕਿਸਤਾਨ ਜਾਂ ਹੋਰ ਦੇਸ਼ਾਂ ਤੋਂ ਆਉਣ ਨੂੰ ਕਾਫੀ ਟਾਈਮ ਲੱਗ ਜਾਂਦਾ ਪਰ ਇਹ ਜਿਹੜੇ ਨੇੜੇ ਦੇ ਦੇਸ਼ ਹੈ ਇਟਲੀ ਤੇ ਉਹਨਾਂ ਤੋਂ ਬੰਦੇ ਮਗਾਣੇ ਜਿਨ੍ਹਾਂ ਨੂੰ ਟਾਈਮ ਘੱਟ ਲੱਗਦਾ ਇਹ ਸਾਡੀ ਸਿਚੁਏਸ਼ਨ ਨੂੰ ਦੇਖਦੇ ਪਹਿਲਾਂ ਵੀ ਕੋਲਦੀ ਰਹਿਤੀ ਵਾਲਿਆਂ ਨੇ ਪਿਛਲੇ ਮਹੀਨੇ ਸਰਕਾਰ ਨੂੰ ਸੂਚਿਤ ਕੀਤਾ ਹੈਗਾ ਕੀਤਾ ਹੈ ਕਿ ਬੰਦਿਆਂ ਦੇ ਜਿਹੜੇ ਜ਼ਿਮੀਦਾਰਾਂ ਨੇ ਦੇ ਤੱਕ ਇਹਨਾਂ ਦਾ ਕਾਫੀ ਨੁਕਸਾਨ ਹੋ ਸਕਦਾ ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲਾ ਹਫ਼ਤਾ 10 ਦਿਨ ਦੇ ਵਿੱਚ ਕਦੇ ਵੀ ਇਹ ਜਿਹੜਾ ਪਟਾਕਾ ਪੈ ਸਕਦਾ ਜੀ ਖੁਸ਼ਗਵਰੀ ਦਾ ਕਿ ਪੇਪਰ ਖੁੱਲ ਗਏ ਫਲਾਈਟਾਂ ਵੱਲ ਚੱਲਦੇ ਜੀ ਫਲਾਈਟਾਂ ਦੇਖੋ ਜੀ ਹਰ ਰੋਜ਼ ਖਬਰ ਆ ਰਹੀ ਹੈ ਕੈਂਸਲ ਹੋ ਗਈ ਹੈ ਦੁਬਾਰਾ ਚੱਲ ਪਈ ਹੈ ਕੈਂਸਲ ਹੋ ਗਈ ਹੈ ਦੁਬਾਰਾ ਚੱਲ ਪਈ ਹੈ ਦੇਖੋ ਗੱਲ ਕੁਛ ਇਦਾਂ ਜੀ ਤੁਹਾਨੂੰ ਇੱਕ ਹੋਰ ਫੇਰ ਦੱਸਦੇ ਹਾਂ ਹਰ ਰੋਜ਼ ਦੱਸਦੇ ਹਾਂ ਗੱਲ ਕੀ ਆ ਇਦੇ ਵਿੱਚ ਇਹ ਵੀ ਲੱਗ ਸਕਦਾ ਬੰਦਿਆਂ ਨੂੰ ਕਿ ਜਿਹੜੇ ਟਿਕਟਾਂ ਵੇਚ ਰਹੇ ਨੇ ਕੋ ਉਹਨਾਂ ਦਾ ਆਪਣਾ ਕੋਈ ਨਿੱਜੀ ਸਵਾਰਥ ਹੋਊਗਾ ਪੈਸੇ ਵਧਾਣਾ ਚਾਹੁੰਦੇ ਆ ਹੋ ਸਕਦਾ ਪਰ ਇਸ ਟਾਈਮ ਇੰਡੀਆ ਦੇ ਵਿੱਚ ਘੜਤ ਘੜਤ ਪੂਰੀ ਦਾ ਪੂਰਾ ਨੌਵਾਂ ਮਹੀਨਾ ਜਿਹੜਾ ਇੰਟਰਨੈਸ਼ਨਲ ਫਲਾਈਟ ਬੈ ਨਾ ਸਿਰਫ ਸਪੈਸ਼ਲ ਫਲਾਈਟਾਂ ਹੀ ਚੱਲਣਗੀਆਂ ਪਰਮਿਸ਼ਨ ਦੇ ਉੱਤੇ ਚੱਲਦੀਆਂ ਨੇ ਤੇ ਇਹ ਜਿਹੜੀਆਂ ਸਪਾਈਸ ਹੋ ਗਈਆਂ ਇੰਡੀਗੋ ਵਾਲੀਆਂ ਫਲਾਈਟਾਂ ਹੁੰਦੀਆਂ ਇਹਨਾਂ ਦੀ ਜਿਹੜੀ ਪਰਮਿਸ਼ਨ ਆ 1-2 ਦਿਨ ਪਹਿਲਾਂ ਮਿਲਦੀ ਹੈ ਤੇ ਇਹਨਾਂ ਦੀ ਜਿਹੜੀ ਪਰਮਿਸ਼ਨ ਆ 1 ਜਾਂ 2 ਦਿਨ ਪਹਿਲਾਂ ਕੈਨਸਲ ਵੀ ਹੋ ਸਕਦੀ ਹੈ ਇਸ ਕਰਕੇ ਮੰਨ ਲਓ ਤੁਸੀਂ ਕੱਲ ਦੀ ਫਲਾਈਟ ਜ ਚਿਹੇ ਤੇ ਗੱਜ 5 ਤਰੀਕ ਦੀ ਫਲਾਈਟ ਸੀ ਤੇ ਜਿਹੜੀ ਉਹ 5 ਤਰੀਕ ਦੀ ਫਲਾਈਟ ਸੀਗੀ ਤਾਂ ਪਰਸੋਂ ਜੇਕਰ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਉਹਨੂੰ ਡਿਲੀਟ ਕਰ ਸਕਦੇ ਆ ਕੈਨਸਲ ਕਰ ਸਕਦੇ ਆ ਤੇ ਜ਼ਿਆਦਾਤਰ ਅਸਟ ਮਿਟਲੀ ਦੀ ਜਿਹੜੀਆਂ ਫਲਾਈਟਾਂ ਕੈਨਸਲ ਹੋ ਰਹੀਆਂ ਨੇ ਉਹ ਆ ਜੀ ਬੈਰਗਮੋ ਵਾਲੀਆਂ ਮਲਪਨਸਾ ਦਾ ਫਿਲਹਾਲ ਆਹ ਨਹੀਂ ਦੇ ਰਿਹਾ ਬੈਰਗਮੋ ਜਿਹੜੀ ਫਲਾਈਟ ਆ ਰਹੀ ਹੈ ਸਪੈਸ਼ਲ ਉਹੀ ਕੈਨਸਲ ਹੋ ਰਹੀ ਹੈ ਕਿਉਂਕਿ ਇਹਨਾਂ ਨੂੰ ਇਸ ਟਾਈਮ ਪ੍ਰੋਬਲਮ ਪੈ ਰਹੀ ਹੈ ਜਿਹੜੇ ਉੱਥੇ ਆ ਕੇ ਟੈਸਟ ਕਰ ਰਹੇ ਆ ਰੋਮਾ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਪੈ ਰਹੀ ਕਿਉਂਕਿ ਰੋਮਾ ਬਹੁਤ ਵੱਡਾ ਹੋਣ ਕਰਕੇ ਉਹਨਾਂ ਕੋਲ ਜਿਗਾੜ ਬਹੁਤ ਹੈ ਉਹਨਾਂ ਕੋਲ ਸਿਸਟਮ ਬਹੁਤ ਹੈ ਇਸ ਕਰਕੇ ਉਹ ਕਹਿੰਦੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਬੰਦਿਆਂ ਨੂੰ ਜਿਹੜਾ ਚੈਕਿੰਗ ਕਰ ਸਕਦੇ ਹਾਂ ਠੀਕ ਹੈ ਜੀ ਇਸ ਕਰਕੇ ਜੇਕਰ ਇੰਡੀਆ ਤੋਂ ਤੁਸੀਂ ਜਾਣਾ ਜੇ ਤਾਂ ਤੁਸੀਂ ਤਕਰੀਬਨ ਤਕਰੀਬਨ ਇਹ ਕਹਿ ਸਕਦੇ ਆ ਕਿ ਪੱਕੀ ਇਟਲੀ ਵਾਲੀ ਫਲੈਟ ਲੈਣੀ ਆ ਤਾਂ ਜੇ ਤੁਹਾਨੂੰ ਰੋਮਾ ਦੂਰ ਨਹੀਂ ਪੈਂਦਾ ਤਾਂ ਫਿਰ ਤੁਸੀਂ ਜਿਹੜੀ ਰੋਮ ਵਾਲੀ ਜਿਹੜੀ ਫਲੈਟ ਆ ਉਹ ਤੁਸੀਂ ਬੁੱਕ ਕਰ ਸਕਦੇ ਆ ਫਿਰ ਚਾਹੇ ਅੰਮ੍ਰਿਤਸਰ ਤੋਂ ਹੋਵੇ ਫਿਰ ਚਾਹੇ ਉਹ ਦਿੱਲੀ ਤੋਂ ਹੋਵੇ ਜਿੱਥੋਂ ਵੀ ਹੋਵੇ ਤੁਸੀਂ ਫਲਾਈਟ ਜੇਕਰ ਰੋਮਾਂ ਵਾਲੀ ਬੁੱਕ ਕਰੋਗੇ ਤਾਂ ਡਾਇਰੈਕਟ ਤੁਸੀਂ ਇਟਲੀ ਦੇ ਵਿੱਚ ਆ ਸਕਦੇ ਆ ਬੈਰਗੋਮ ਵਾਲੀ ਜੇਕਰ ਤੁਸੀਂ ਫਲਾਈਟ ਬੁੱਕ ਕਰਦੇ ਹੋ ਤਾਂ ਉਸ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਕਿ ਬੈਰਗੋਮ ਵਾਲੀ ਤੁਹਾਨੂੰ ਇੱਕ ਦਿਨ ਪਹਿਲਾਂ ਮੈਸੇਜ ਆ ਜਾਵੇ ਕਿ ਤੁਹਾਡੀ ਜਿਹੜੀ ਫਲਾਈਟ ਆ ਕੈਨਸਲ ਹੋ ਚੁੱਕੀ ਹੈ ਜੀ ਇੱਕ ਗੱਲ ਹੋਰ ਜਿਨ੍ਹਾਂ ਵੀ ਬੰਦਿਆਂ ਦੀਆਂ ਫਲਾਈਟਾਂ ਕੈਨਸਲ ਹੁੰਦੀਆਂ ਨੇ ਉਹਨਾਂ ਨੂੰ ਇੱਕ ਦੋ ਇੱਕ ਦਿਨ ਪਹਿਲਾਂ ਮੈਸੇਜ ਆ ਜਾਂਦਾ ਕਿ ਤੁਹਾਡੀ ਜਿਹੜੀ ਫਲਾਈਟ ਆ ਕੈਨਸਲ ਹੋ ਗਈ ਹੈ ਜਾਂ ਫਿਰ ਡਿਲੇ ਹੋ ਗਈ ਹੈ ਠੀਕ ਹੈ ਜੀ ਜਿਨ੍ਹਾਂ ਜਿਨ੍ਹਾਂ ਨੂੰ ਮੈਸੇਜ ਨਹੀਂ ਆਂਦਾ ਉਹ ਆਰਾਮ ਨਾਲ ਆਪਣਾ 에ਅਰਪੋਰਟ ਤੇ ਜਾ ਸਕਦੇ ਆ ਪਰ ਫਿਰ ਵੀ ਘਰੋਂ ਤੁਰੰਤ ਤੋਂ ਪਹਿਲਾਂ ਕਰੋ ਜਾਣ ਤੋਂ ਪਹਿਲਾਂ ਇੱਕ ਵਾਰ ਆਪਣੇ ਜਿਹੜੇ ਟਰੈਵਲ ਏਜੰਟ ਆ ਜਾਂ ਫਿਰ ਜਿਨ੍ਹਾਂ ਤੋਂ ਵੀ ਤੁਸੀਂ ਟਿਕਟ ਲਈ ਹੈ ਉਹਨਾਂ ਦੇ ਨਾਲ ਇੱਕ ਸਲਾਹ ਇੱਕ ਗੱਲ ਉਹਨਾਂ ਨਾਲ ਜ਼ਰੂਰ ਕਰ ਲਿਆ ਕਰੋ ਜੀ ਇੱਕ ਨਜ਼ਰ ਮਾਰਦੇ ਆ ਜੀ ਬਾਲੀਬਾਲ ਦੀ ਟੀਮ ਦੇ ਇਟਲੀ ਨੇ ਬਾਲੀਬਾਲ ਜਿਹੜੀਆਂ ਔਰਤਾਂ ਦਾ ਜਿਹੜਾ ਬਾਲੀਬਾਲ ਹੁੰਦਾ ਉਹਦੇ ਵਿੱਚ ਇਟਲੀ ਯੂਰਪ ਦਾ ਚੈਂਪੀਅਨ ਬਣ ਚੁੱਕਿਆ ਜੀ ਸਰਬੀਆ ਨੂੰ ਹਰਾਇਆ ਜੋ ਕਿ ਤਕਰੀਬਨ ਲਗਾਤਾਰ ਦੱਸਿਆ ਜਾ ਰਿਹਾ ਕਿ 3 ਸਾਲ ਤੋਂ ਚੱਲਦਾ ਆ ਰਿਹਾ ਸੀ ਲਗਾਤਾਰ 3 ਫਾਈਨਲਾਂ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੀ ਤੇ ਐਸ ਵਾਰ ਵੀ ਲੱਗਦਾ ਸੀ ਕਿ ਇਹਨਾਂ ਨੇ ਸਰਬੀਆ ਨਹੀਂ ਜਿੱਤਣਾ 20000 ਤੋਂ ਬੰਦ ਵੱਧ ਬੰਦਾ ਜਿਹੜਾ ਬੈਲਗਰੇਡ ਦੇ ਵਿੱਚ ਬੈਲਗਰਾਡੋ ਦੇ ਵਿੱਚ ਬੈਠਾ ਸੀ ਤੇ ਇਟਲੀ ਨੇ ਆਪਣੇ ਜਿਹੜੇ ਧੂਤ ਮਹਾਕੇ ਪਾ ਦਿੱਤੇ ਨੇ ਜੀ ਸਪੈਰਾਂਸਾ ਵੱਲ ਚੱਲਦੇ ਜੀ ਇਟਲੀ ਦੇ ਸੇਧ ਮੰਤਰੀ ਹੁਣ ਇਟਲੀ ਦੇ ਜਿਹੜੇ ਸਿਹਤ ਮੰਤਰੀ ਜੀ ਉਹ ਕਹਿ ਰਹੇ ਨੇ ਕਿ ਅਸੀਂ ਵੈਕਸੀਨਾਂ ਤੁਹਾਡੇ ਸਾਰਿਆਂ ਦੇ ਲਵਾਉਣੀਆਂ ਨੇ ਤੇ ਵੈਕਸੀਨਾਂ ਜੇਕਰ ਤੁਸੀਂ ਲਵਾਣਿਆ ਤਾਂ ਤਾਂ ਹੀ ਜਿਹੜਾ ਸਿਆਲਾਂ ਦੇ ਵਿੱਚ ਰੈੱਡ ਜ਼ੋਨ ਆ ਇਹਨਾਂ ਤੋਂ ਤੁਸੀਂ ਬਚ ਸਕਦੇ ਆ। ਕਾਫੀ ਜਿਹੜੇ ਪੱਤਰਕਾਰ ਸਾਨੂੰ ਉਹਨਾਂ ਦੇ ਸਵਾਲ ਸੀ ਕਿ ਵੈਕਸੀਨ ਲਾਜ਼ਮੀ ਤੁਸੀਂ ਕਰ ਦੋਗੇ 90% ਤੱਕ ਪਹੁੰਚਣ ਤੇ ਉਹ ਕਹਿ ਰਹੇ ਨੇ ਕਿ ਜ਼ਰੂਰੀ ਨਹੀਂ ਜੇਕਰ 90% ਬੰਦਿਆਂ ਦੇ ਵੈਕਸੀਨ ਲੱਗ ਗਈ ਤਾਂ ਰੈੱਡ ਜ਼ੋਨ ਨਹੀਂ ਹੋਣਗੇ। ਇਹ ਹੋ ਸਕਦਾ ਹੈ ਕਿ ਜਿਹੜੇ ਵੈਕਸੀਨਾਂ ਭਾਵੇਂ 90% ਤੱਕ ਨਾ ਵੀ ਪਹੁੰਚੀ ਹੋਵੇ ਪਰ ਅਸੀਂ ਰੈਡ ਜ਼ੋਨ ਨਾਲ ਆਈਏ ਇਹ ਸਭ ਡਿਪੈਂਡ ਕਰੂਗਾ ਵਾਇਰਸ ਕਿੰਨੇ ਘੁੰਮ ਰਿਹਾ ਵੈਰੀਐਂਟ ਕਿੰਨੇ ਘੁੰਮ ਰਿਹਾ ਕਿਉਂਕਿ ਇਸ ਟਾਈਮ ਵਾਇਰਸ ਹੈ ਵਾਇਰਸ ਖਤਮ ਨਹੀਂ ਹੋਇਆ ਖਤਰਨਾਕ ਹੈ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਇਸ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ ਤੇ ਵੀ ਉਹਨਾਂ ਨੇ ਗੱਲ ਕੀਤੀ ਕਿ ਸਲਵਿਨੀ ਕਹਿ ਰਿਹਾ ਕਿ ਮੱਤਯੂ ਸਲਵਿਨੀ ਜੀ ਕਹਿ ਰਹੇ ਨੇ ਕਿ ਇਹ ਜੜੀਆਂ ਵੈਕਸੀਨਾਂ ਇਹਨਾਂ ਨੂੰ ਕੰਪਲਸਰੀ ਨਹੀਂ ਕੀਤਾ ਜਾਣਾ ਚਾਹੀਦਾ ਚਲੋ ਕਹਿੰਦੀ ਜੀ ਵਾਰਤਾ ਲਾਬ ਓਪੋਜੀਸ਼ਨ ਨੂੰ ਕਰਨਾ ਚਾਹੀਦਾ ਪਰ ਅਸੀਂ ਜਿਹੜਾ ਵੈਕਸੀਨ ਇਸ ਦਾ ਕੰਮ ਜ਼ਰੂਰ ਕਰਨਾ ਹੈ ਜੀ ਇਹਨੂੰ ਰੋਕਣਾ ਨਹੀਂ ਹੈਗਾ ਤੇ ਜਿਹੜੇ ਆਪਣੇ ਹਸਪੀਟਲਾਂ ਦੇ ਨਾਲ ਰਿਲੇਟਡ ਜਿੰਨੇ ਵੀ ਸਿਹਤ ਵਿਭਾਗ ਦੇ ਨਾਲ ਹੈਗੇ ਇਹਨਾਂ ਦੇ ਜਿਹੜੇ ਵੈਕਸੀਨ ਆ ਇਹ ਤਾਂ ਕੰਪਲਸਰੀ ਰਹਿਣੀ ਰਹਿਣੀ ਆ ਬਾਕੀ ਹੌਲੀ ਹੌਲੀ ਸੋਚਾਂਗੇ ਕਹਿੰਦੇ ਤੇ ਜੇ ਤਾਂ ਇਟਲੀ ਦੇ ਬੰਦੇ ਵੈਕਸੀਨ ਲਵਾਉਗੇ ਫੇਰ ਹੀ ਆਪਾਂ ਸਿਆਲਾਂ ਦੇ ਵਿੱਚ ਬਚ ਸਕਦੇ ਆ ਕਿ ਰੈਡ ਜ਼ੋਨ ਨਾ ਲੱਗਣ ਜੇਕਰ ਨਹੀਂ ਲਵਾਉਗੇ ਤਾਂ ਫੇਰ ਰੈਡ ਜ਼ੋਨ ਲੱਗਣਗੇ ਪਰ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜੇ 90% ਜਾਂ 90 ਤੋਂ ਉੱਤੇ ਪਰਸੈਂਟ ਇਟਲੀ ਦੇ ਵਿੱਚ ਬੰਦਿਆਂ ਨੇ ਵੈਕਸੀਨ ਲਵਾ ਲਈ ਹੋਵੇ ਤਾਂ ਫੇਰ ਵੀ ਰੈੱਡ ਜ਼ੋਨ ਲੱਗ ਸਕਦੀ ਹੈ ਜੇਕਰ ਸਾਨੂੰ ਲੱਗਾ ਕਿ ਕੇਸਾਂ ਦੀ ਗਿਣਤੀ ਜ਼ਿਆਦਾ ਆ ਰਹੀ ਹੈ ਤੇ ਇਹਦੇ ਨਾਲ ਸਾਡੀਆਂ ਅੱਜ ਦੀਆਂ ਦੁਪਹਿਰ ਦੀਆਂ ਖ਼ਬਰਾਂ ਦਾ ਮੁੱਕਦੀਆਂ ਇੱਥੇ ਜੀ ਮਿਲਾਂਗੇ ਸ਼ਾਮ ਦੇ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਤੋਹ ਰੱਖਿਓ ਖਿਆਲ ਜੀ ਸੁਣ ਰਹੇ ਹੋ ਟਾਲਿਨ ਖ਼ਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਹਾਂ ਜੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਜੇਕਰ ਨੋਟੀਫਿਕੇਸ਼ਨ ਵਾਲਾ ਬੈਲ ਹੁੰਦਾ ਤੁਸੀਂ ਉਹ ਵੀ ਜਰੂਰ ਦਬਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ